ਜੇਸੀਬੀ ਟਰੱਕ ਸਮੱਗਰੀ, ਸਰਿੰਜਾਂ ਅਤੇ ਜੇਸੀਬੀ ਦਾ ਲੱਕੜੀ ਦਾ ਢਾਂਚਾ। ਅਜਿਹੇ ਜੇਸੀਬੀ ਟਰੰਕਾਂ ਨੂੰ ਧਰਤੀ ਖੋਦਣ ਲਈ ਵਰਤਿਆ ਜਾਂਦਾ ਹੈ। ਦੋ ਸਰਿੰਜਾਂ ਨੂੰ ਇੱਕ ਪਾਣੀ ਨਾਲ ਭਰੀ ਪਾਈਪ ਰਾਹੀਂ ਜੋੜ ਦਿਓ। ਇੱਕ ਸਰਿੰਜ ਦਾ ਪਿਸਟਨ ਦਬਾਉਣ ਤੇ ਦੂਜੀ ਪਿਸਟਨ ਬਾਹਰ ਨਿਕਲ ਆਉਂਦੀ ਹੈ। ਇਹਨਾਂ ਸਰਿੰਜਾਂ ਦਾ ਤੁਸੀਂ ਹਾਈਡ੍ਰੋਲਿਕ ਜੈਕ ਵੀ ਬਣਾ ਸਕਦੇ ਹੋ। ਇੱਕ ਸੀਡੀ ਵਾਲੇ ਡੱਬੇ ਵਿੱਚ ਹੇਠਾਂ ਤੇ ਉੱਪਰ ਦੀ ਸਰਿੰਜ ਲੰਘਾ ਕੇ ਤੁਸੀਂ ਜੈਕ ਤਿਆਰ ਕਰ ਸਕਦੇ ਹੋ, ਜੋ ਕਿ ਟਰੱਕ ਨੂੰ ਉੱਪਰ ਚੁੱਕ ਸਕਦਾ ਹੈ। ਇਹ ਜੇਸੀਬੀ ਕਈ ਤਰ੍ਹਾਂ ਦੇ ਕੰਮ ਕਰਦੀ ਹੈ। ਪਹਿਲਾਂ ਪਲੰਜਰ ਜੇਸੀਬੀ ਦੀ ਉੱਪਰ ਹੇਠਾਂ ਦੀ ਗਤੀ ਨਿਯੰਤਰਿਤ ਕਰਦਾ ਹੈ। ਇਹ ਨੇੜੇ ਦਾ ਦ੍ਰਿਸ਼ ਹੈ। ਦੂਜਾ ਪਲੰਜਰ ਇਸ ਦੇ ਪੰਜੇ ਨੂੰ ਹਿਲਾਉਣ ਦਾ ਨਿਯੰਤਰਿਤ ਕਰਦਾ ਹੈ। ਇਹ ਪੰਜੇ ਦੇ ਹਿੱਲਣ ਦਾ ਨੇੜੇ ਦਾ ਦ੍ਰਿਸ਼ ਹੈ। ਤੀਜਾ ਪਲੰਜਰ ਪੂਰੀ ਕਰੇਨ ਨੂੰ ਸੱਜੇ ਪਾਸੇ ਅਤੇ ਖੱਬੇ ਪਾਸੇ ਮੋੜਦਾ ਹੈ। ਇਹ ਸੱਜੇ ਖੱਬੇ ਨੇੜੇ ਮੋੜਨ ਦਾ ਨੇੜੇ ਦਾ ਦ੍ਰਿਸ਼ ਹੈ। ਜੇਸੀਬੀ ਦੇ ਪਹੀਏ ਲੱਗੇ ਹੋਏ ਹਨ ਅਤੇ ਚੌਥਾ ਪਲੰਜਰ ਇਸ ਦੇ ਅਗਲੇ ਭਾਗ ਨੂੰ ਦੋ ਜੈਕਾਂ ਉੱਪਰ ਚੁੱਕ ਲੈਂਦਾ ਹੈ। ਪੰਜਵਾਂ ਪਲੰਜਰ ਪੰਜੇ ਦੀ ਬਾਹ ਨੂੰ ਉੱਪਰ ਕਰ ਸਕਦਾ ਹੈ, ਹੇਠਾਂ ਵੀ ਕਰ ਸਕਦਾ ਹੈ। ਜੇਸੀਬੀ ਕਈ ਤਰ੍ਹਾਂ ਦੇ ਕੰਮ ਕਰਦੀ ਹੈ ਅਤੇ ਕਈ ਤਰ੍ਹਾਂ ਦੀਆਂ ਗਤੀਆਂ ਕਰਦੀ ਹੈ। ਤੁਸੀਂ ਹੁਣ ਜੇਸੀਬੀ ਨੂੰ ਘਾਹ ਦੀ ਭਰੀ ਚੁੱਕਦੇ ਹੋਏ ਵੇਖ ਸਕਦੇ ਹੋ।